ਸਾਰਿਆਂ ਨੂੰ ਜੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਈ ਹੋਪ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ। ਅੱਜ ਜੀ ਮੈਂ ਅਤੇ ਅੰਗਦ ਵਾਪਸ ਚੱਲਿਆਂਗੇ ਬੇਗੋਵਾਲ, ਅਤੇ ਸਾਰੀ ਤਿਆਰੀ ਸ਼ਿਆਰੀ ਹੋ ਚੁੱਕੀ ਹੈਗੀ। ਗਰਮੀ ਕਾਫੀ ਅੱਜ ਵੀ, ਅਤੇ ਆਹ ਮੈਂ ਤੀਆਂ ਕਰਕੇ ਮਹਿੰਦੀ ਵੀ ਲਾਈ ਹੈਗੀ। ਮੰਮੀ ਨੇ ਮੈਨੂੰ ਸੁਜੈਸਟ ਕੀਤਾ, ਕਹਿੰਦੇ ਮਹਿੰਦੀ ਲਾ ਜਾ, ਕਹਿੰਦੇ ਤੀਆਂ ਨਹੀਂ ਆ। ਅਤੇ ਮੈਂ ਡਿਜ਼ਾਇਨ ਬਣਾਉਣਾ ਚਾਹੁੰਦੀ ਸੀ, ਪਰ ਤੁਹਾਨੂੰ ਪਤਾ ਅੰਗਦ ਨੇ ਨਹੀਂ ਸੀ ਰਹਿਣ ਦੇਣਾ ਵੀ ਮੈਂ ਅੱਧੇ ਘੰਟੇ ਬਾਅਦ ਹੀ ਲਾਤੀ। ਅਤੇ ਹੁਣ ਬੀਬੀ ਉਰੀ ਸਾਰੇ ਜਣੇ ਤਿਆਰੀ ਕਰੀ ਜਾਂਦੇ ਆ ਕਿ ਆਹ ਵੀ ਲੈ ਜਾ, ਤੂੰ ਉਹ ਵੀ ਲੈ ਜਾ। ਅਤੇ ਮੈਂ ਕਾਫੀ ਦਿਨ ਲਾ ਗਈ, ਹੁਣ ਤਾਂ 20 ਕੁ ਦਿਨ, ਅਤੇ ਹੁਣ ਅਸੀਂ ਉੱਥੇ ਜਾਣ ਲਈ ਵੀ ਪੂਰੇ ਐਕਸਾਈਟਡ ਹਾਂਗੇ। ਅਤੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ, ਦਿਖਾਉਣੀ ਆ ਕੀ ਸਮਾਨ ਰੱਖੀ ਜਾਂਦੇ ਨੇ ਐਨ ਟਾਈਮ 'ਤੇ ਵੀ। ਆਹ ਲੱਡੂ ਬਣਾ ਦਿੰਦੇ ਹਾਂ, ਆਹ ਕਰ ਦਿੰਦੇ ਹਾਂ, ਤੁਹਾਨੂੰ ਪਤਾ ਹੈ ਨਾ ਬੀਬੀ ਦਾ ਜਾਂ ਆਪਣੀਆਂ ਦਾਦੀਆਂ ਦਾ ਮੰਮੀਆਂ ਦਾ ਹੈ ਨਾ, ਉਹਨਾਂ ਨੂੰ ਹੁੰਦਾ ਹੀ ਆ। ਅਤੇ ਅੰਗਦ ਨੂੰ ਮੰਮੀ ਰੈਡੀ ਕਰ ਰਹੇ ਨੇਗੇ, ਅਤੇ ਉਹਦਾ ਸਿਰ ਸੁਰ ਬਾਹਤਾ। ਅਤੇ ਮੈਨੂੰ ਮਨਿੰਦਰ ਕਹਿ ਦਿੰਦੇ ਨੇਗੇ ਵੀ ਤੂੰ ਇਮੋਸ਼ਨਲ ਹੋ ਜਾਏਗੀ ਅੱਜ ਜੀ। ਮੈਂ ਜਮਾਂ ਇਮੋਸ਼ਨਲ ਨਹੀਂ ਹੈਗੀ, ਅਤੇ ਵਧੀਆ ਮਤਲਬ। ਅਤੇ ਅੱਜ ਜੀ ਮੈਨੂੰ ਡੈਡੀ ਛੱਡਣ ਜਾ ਰਹੇ ਨੇ, ਕਿ ਜੋਧੇ ਨੂੰ ਕੰਮ ਜਿਹਾ ਸੀਗਾ, ਜੋਧਾ ਆਪਣੇ ਫਰੈਂਡਸ ਨਾਲ ਚਲਾ ਗਿਆ, ਅਤੇ ਹੁਣ ਆਪਾਂ ਚੱਲ ਦੇਵਾਂਗੇ। ਅਤੇ ਆਹ ਜੀ ਅੱਜ ਮੈਨੇ ਨਵਾਂ ਸੂਟ ਪਾਇਆ ਹੈਗਾ, ਅਤੇ ਤੁਸੀਂ ਜ਼ਰੂਰ ਦੱਸਿਓ ਕਿਹੋ ਜਿਹਾ ਲੱਗਿਆ ਤੁਹਾਨੂੰ। ਅਤੇ ਇਹ ਮੈਨੂੰ ਭੂਆ ਜੀ ਨੇ ਇੱਕ ਸੂਟ ਦਵਾਇਆ ਸੀਗਾ 5500 ਦਾ, ਮੇਰੇ ਵੱਡੇ ਭੂਆ ਜੀ ਨੇ, ਅਤੇ ਉਹਦੇ ਬੱਟੇ ਮੈਂ ਚੇਂਜ ਕਰਕੇ 2 ਸੂਟ ਲੈ ਆਈ। ਇੱਕ ਹੋਰ ਸੂਟ ਦਵਾਇਆ, ਉਹ ਮੈਂ ਤੁਹਾਨੂੰ ਕਦੇ ਫੇਰ ਦਿਖਾਊਂਗੀ। ਅੱਜ ਆਹ ਪਾਇਆ ਮੈਨੇ, ਉਹ ਮਹਿੰਗਾ, ਜ਼ਿਆਦਾ ਮਹਿੰਗਾ, ਅਤੇ ਇਹਦੇ ਵਿੱਚ ਥੋੜ੍ਹੇ ਜਿਹੇ ਪੈਸੇ ਪਾ ਕੇ ਮੈਂ ਕਿਹਾ ਚੱਲ ਇੱਕ ਹੋਰ ਸੂਟ ਲੈ ਲੈਂਦੇ ਹਾਂ ਨੋਰਮਲ ਜਿਹਾ। ਸਮਾਨ ਮੰਮੀ ਬਾਹਰ ਲਿਆ ਕੇ ਰੱਖੀ ਜਾਂਦੇ ਹੈਗੇ, ਪੈਕ ਕਰ ਲਿਆ ਸਾਰਾ ਕੁਛ। ਅਤੇ ਆਹ ਬੀਬੀ ਨੇ ਇੱਕ ਅੰਗਦ ਲਈ ਛੋਟਾ ਜਿਹਾ ਅੱਜ ਸਰਾਣਾ ਬਣਾਇਆ ਸਵੇਰੇ ਸਵੇਰੇ। ਮੰਮੀ ਬੀਬੀ ਕਹਿੰਦੇ ਵੀ ਇਹਨੂੰ ਤੁਸੀਂ ਐਂ ਪਾ ਦਿੰਦੇ ਹੋਗੇ ਵੀ ਇਹਨੂੰ ਵੀ ਇੱਕ ਛੋਟਾ ਜਿਹਾ ਸਰਾਣਾ ਬਣਾ ਕੇ ਦਿੰਦੀ ਹਾਂ ਮੈਨੂੰ ਕਹਿੰਦੇ। ਮੈਂ ਤਾਂ ਕਿਹਾ ਸੀ ਰਹਿਣ ਦਿਓ, ਕਹਿੰਦੇ ਨਹੀਂ ਮੈਂ ਬਣਾ ਕੇ ਦਊਂਗੀ, ਆਹ ਕੱਪੜਾ ਚਾਰ ਦਿੰਦੇ, ਆਹ ਕਰ ਦਿੰਦੇ ਹਾਂ। ਮੈਨੂੰ ਇੰਨੇ ਕੱਪੜੇ ਦਿਖਾਏ, ਆਹ ਚਾਰ ਮੰਮੀ ਖੇਡਾਂ ਲੈ ਆਏ ਉਹਦੇ, ਹਾਂ ਸਾਰੀਆਂ ਉਹਦੀਆਂ ਖੇਡਾਂ ਇੱਕ ਟੱਬ 'ਚ ਪਾ ਲਈਆਂ, ਨਵੇਂ ਸੈਂਡਲ ਸੁੰਡਲ ਪੁਰਾਣੇ ਸਾਰਾ ਕੁਛ ਮੰਮੀ ਨੇ ਧੋ ਧੂ ਕੇ ਆਹ ਨਵੇਂ ਪਾ ਕੇ ਜਾਊਗਾ ਅੱਜ ਉਹ। ਇੱਕ ਉਹਦੇ ਨਵੇਂ ਆਹ ਲਿਆਂਦੇ ਅਸੀਂ, ਅਤੇ ਇਹ ਵੀ ਬੀਬੀ ਰਾਤ ਲੈ ਕੇ ਆਏ ਨੇ, ਇੱਕ ਰਾਤ ਬੀਬੀ ਆਹ ਲੈ ਕੇ ਆਏ ਨੇਗੇ, ਅਤੇ ਮੰਮੀ ਅਤੇ ਭੂਆ ਆਹ ਲੈ ਕੇ ਆਏ ਸੀਗੇ, ਅਤੇ ਇੱਕ ਆਹ ਚੱਪਲਾਂ ਲੈ ਕੇ ਆਏ ਸੀਗੇ, ਅਤੇ ਇੱਕ ਆਹ ਮੈਂ ਆਪਦੀ ਪਸੰਦ ਦੀਆਂ ਲੈਂਦੇ ਨੇ, ਬਾਕੀ ਸਾਰੇ ਆਪ ਹੀ ਲੈ ਆਏ ਸੀਗੇ। ਅਤੇ ਉਸ ਤੋਂ ਬਾਅਦ ਆਹ ਦੇਖੋ ਕਿੰਨਾ ਸਮਾਨ ਹੋ ਜਾਂਦਾ ਬੱਚਿਆਂ ਨਾਲ, ਡਾਇਪਰ, 2-3 ਬੈਗ, ਇਹਦੀਆਂ ਖੇਡਾਂ, ਅਤੇ ਹੋਰ ਅਸੀਂ ਜਿਹੜਾ ਜਿਹੜਾ ਕੁਛ ਵੀ ਨਵਾਂ ਲਿਆ ਹੈ ਨਾ ਉਹ ਵੀ ਐਡ ਹੋ ਗਿਆ। ਆਹ ਦੇਖੋ ਅਜੇ ਤਾਂ ਸਮਾਨ ਆ ਹੀ ਜਾਂਦਾ ਜੀ। ਮੰਮੀ ਕਹਿੰਦੇ ਮੈਨੂੰ ਡੱਬਾ ਹੀ ਵਿੱਚ ਲਈ, ਮੈਨੂੰ ਤਾਂ ਸੰਗ ਲੱਗਦੀ ਆ। ਇਹ ਬਿਸਕੁਟਾਂ ਦਾ ਡੱਬਾ ਜੀ, ਇੱਕ ਚੀਜ਼ ਤਾਂ ਰਹਿ ਹੀ ਗਈ ਸੀ ਅੰਗਦ ਦੀ। ਅੰਗਦ ਦਾ ਜਿਹੜਾ ਡੋਰੇਮੋਨ ਸੀ ਉਹ ਟੁੱਟ ਗਿਆ ਸੀਗਾ, ਮਤਲਬ ਫੁੱਟ ਗਿਆ ਸੀਗਾ, ਉਹ 'ਚ ਤਾਰ ਫਸ ਗਈ ਸੀ। ਸੋ ਆਹ ਇੱਕ ਐਰੋਪਲੇਨ ਲਿਆਂਦਾ ਸੀਗਾ, ਇਹ ਲੈ ਚੱਲਦੇ ਹਾਂਗੇ। ਅੰਗਦ ਇਹਦੇ ਉੱਤੇ ਬੈਠ ਕੇ ਇੰਨੀਆਂ ਛਾਲਾਂ ਮਾਰੇ, ਮਸਾਂ ਬਚਾਇਆ ਇਹ ਵੀ ਟੁੱਟ ਨਾ ਜਾਵੇ। ਆਹ ਜੀ ਟਾਈਮ 'ਤੇ ਜਦੋਂ ਪਾਉਣ ਲੱਗੇ ਸੈਂਡਲ ਆਏ ਹੀ ਨਹੀਂ, ਪਰ ਬੀਬੀ 2 ਜੋੜੇ ਲੈ ਕੇ ਆਏ ਸੀ, ਇੱਕ ਵੱਡਾ ਇੱਕ ਛੋਟਾ। ਮੈਂ ਕਿਹਾ ਬੀਬੀ ਆਹ ਮੋੜ ਦਿਓ, ਆਹ ਪਾ ਲਾਂਗੇ। ਹੁਣ ਨਵੇਂ ਡੱਬੇ ਦੇ ਵਿੱਚੋਂ ਕੱਢ ਕੇ ਫਿਰ ਹੁਣ ਆਹ ਪਾਏ ਨੇਗੇ, ਇਹ ਵੀ ਬੱਟੇ। ਮੈਂ ਕਿਹਾ ਬੂਟ ਲਿਆ ਦਿਓ, ਚੱਲ ਹੁਣ ਅੰਗਦ ਨੂੰ ਇੱਕ ਸ਼ੂ ਆ ਜਾਣਗੇ। ਉੱਧਰ ਵਿਚਾਰੀ ਬੀਬੀ ਲੱਗੀ ਪਏ ਆ ਸਾਰਾ ਸਮਾਨ ਰੱਖਣ, ਔਰ ਕੋਈ ਨਾ ਬੀਬੀ ਮੈਂ ਰਖਾਉਣੀ ਆ। ਕੋਈ ਨਾ ਬਿਨਾਂ ਦੱਸ ਬੀਬੀ ਕਹਿ ਕਹਿ ਆਪਣੇ ਬੀਬੀ ਉਹ ਨੀ ਬਣੀ ਹੋਈ ਨਾ ਅਜੇ ਲੈਣ ਜੀ, ਨਹੀਂ ਤਾਂ ਵਗ ਜਾਂਦੇ। ਸੰਗ ਦਾ ਕਿੰਨਾ ਦੇਖਦੇ ਹੀ ਨੀ, ਸ਼ਰਮਾਈ ਜਾਂਦਾ। ਉਹਨੇ ਕਿਸੇ ਕੋਲ ਨੀ ਜਾ ਰਿਹਾ, ਕਿੰਨੀ ਦੇਰ ਹੋ ਗਈ ਸਾਨੂੰ ਹਾਂਜੀ ਆ ਲੈ 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 ਇਹ ਫੋਨ, ਕਹਿੰਦਾ ਮੈਨੂੰ ਫੋਨ ਦੋ, ਹੋਰ ਕੁਛ ਨਹੀਂ। ਉੱਥੇ ਬਹੁਤ ਔਖਾ ਛੱਡ ਕੇ ਆਇਆ, ਉਹ ਕਹਿੰਦੇ ਘਰ ਦੀ ਰੌਣਕ ਲੈ ਗਈ ਤੂੰ, ਸਾਰੇ ਇਮੋਸ਼ਨਲ ਹੋ ਗਏ ਸੀਗੇ, ਐਨ ਰੋਣ ਲੱਗ ਗਏ ਸੀ, ਬੀਬੀ ਤਾਂ ਬਾਲੇ ਜਾਂਦੇ। ਅੰਗਦ ਦੇ ਨਾਨਾ ਜੀ ਚਲੀ ਗਏ ਚਾਹ ਪੀ ਕੇ, ਅਸੀਂ ਤਾਂ ਕਹਿੰਦੇ ਸੀ ਰਹੋ, ਕਹਿੰਦੇ ਜੀ ਉਹਨੂੰ ਕੰਮ ਕਾਰ ਹੁੰਦੇ ਆ, ਪਰ ਆਉਂਦਾ ਹੀ ਨਹੀਂ ਜੀ, ਮੈਂ ਕੀ ਕਰਾਂ ਉਹ ਫੜ ਲਾ ਜੀ ਬਸ ਜੀ। ਯਾਰ ਬੜਾ ਖਰਾਬ ਹੁੰਦਾ ਹੈ ਨਾ, ਬਹੁਤ
सची हुण लग रही है शन, तू काली हुई इहदे विच लग रही है। ठीक है जी, हुण धुप्प दे विच हो गया रंग काला। अंगद नूं मम्मी कहिंदे वी जवां ओह बण गया, कहिंदे काला फूड जवां बण गया। ਪਰ ਥੋੜੇ ਜਿਹੇ ਦਿਨਾਂ ਦੇ ਵਿੱਚ ਹੋ ਜੂ ਉਹ, ਆਫ ਕੋਰਸ ਉੱਥੇ ਵੱਧ ਗਿਆ। ਅਸ਼ੋਕ ਗੁੱਸੇ ਹੋ ਗਿਆ, ਜਿਵੇਂ ਇੱਥੇ ਇੰਨੇ ਦਿਨ ਮੀਂਹ ਪੈਂਦਾ ਰਿਹਾ ਉੱਥੇ ਨਹੀਂ ਪਿਆ ਹੈਗਾ। ਇਹ ਹੁਣ ਬਸ ਜੀ ਮੈਂ ਸਮਾਨ ਰੱਖਦੀ ਹਾਂ ਅਤੇ ਅੰਗਦ ਬਸ ਖੇਡੂਗਾ, ਆਪਦੇ ਡੈਡੀ ਨਾਲ ਟਾਈਮ ਸਪੈਂਡ ਕਰੂਗਾ ਅਤੇ ਬਹੁਤ ਵਧੀਆ ਰਿਹਾ ਜੀ। ਪਰ ਮੈਂ ਘਰਦਿਆਂ ਨੂੰ ਰੋਂਦੇ ਅੱਜ ਛੱਡ ਕੇ ਆਈ ਹਾਂ। ਪਹਿਲਾਂ ਆਪਾਂ ਦੋ ਵਾਰੀ ਗਏ ਜੀ, ਉਹ ਰੋਏ ਤਾਂ ਨਹੀਂ? ਐਤ ਕੀ ਉਹ ਰੋਏ? ਮੈਨੂੰ ਯਾਦ ਕਰਦੇ ਹੋਣਗੇ ਜੀ, ਐਤਕੀ ਪ੍ਰਾਹੁਣਾ ਨਹੀਂ ਹੈਗਾ। ਉਹ ਕਿਉਂ ਵੀ ਆਏ ਨਹੀਂ ਮੈਨੂੰ ਅਤੇ ਮੈਂ ਹੁਣ ਦੁਕਾਨ ਚੱਲਿਆ ਜੀ, ਸਾਬਣ ਸੁਬਰ ਲੈ ਕੇ ਆਵਾਂ। ਚਿੱਟਾ ਜਿਹਾ ਵੀ ਕੋਈ ਚਿੱਟਾ ਕਰਨ ਵਾਲਾ ਆਪਣਾ ਮਾਮਾ ਅਰਥ ਦੇ ਪ੍ਰੋਡਕਟ ਮੁੱਕੇ ਹੋਏ ਨੇ, ਉਹ ਮੈਂ ਲੈ ਕੇ ਆਉਣਾ ਹੈ। ਸ਼ਰਨ ਉਹ ਕੱਢਣੇ ਤੈਨੂੰ ਕੋਲ, ਰੰਗ ਤਾਂ ਦੋ ਹੀ ਹੁੰਦੇ ਨੇ ਜੀ ਬੀਬੀ, ਬਹੁਤ ਰੰਗ ਹੁੰਦੇ ਆ। ਦੇਖੋ ਪੀਲਾ ਹਰਾ ਕਾਲਾ ਐਵੇਂ, ਉਹ ਤਾਂ ਗੱਲਾਂ ਮਾਰੀ ਜਾਂਦੇ ਲੋਕ। ਸ਼੍ਰੀ ਕ੍ਰਿਸ਼ਨ ਜੀ ਨੀਲੇ ਦੀ ਨੀਲਕੰਠ, ਇਹ ਵੀ ਗੱਲ ਸਹੀ ਹੈ। ਬੰਦਿਆਂ ਦੇ ਰੰਗ ਵੀ ਦੋ ਨਹੀਂ ਹੁੰਦੇ, ਅੱਧੇ ਮਿਡਲ ਚ ਹੁੰਦੇ ਨੇ ਅੱਧੇ ਐਕਸਟ੍ਰੀਮ ਚ। ਵੀ ਆਪਾਂ ਤਾਂ ਆਪਾਂ ਤਾਂ ਕਹਿ ਰਹੇ ਹੁਣ ਦੇਖ, ਹੁਣ ਦਰਖਤ ਹਰਾ ਤਾਂ ਹਰਾ ਹੀ ਕਮਾ ਕਿਹਦਾ ਮਤਲਬ ਥੋੜੀ ਵੀ ਹਰਾ ਬੈੜਾ। ਕਾਲਾ ਤਾਂ ਮੇਰਾ ਫੇਵਰਟ ਕਲਰ ਆ ਵੀ ਕਾਲਾ, ਹਨਾ? ਜੇ ਤੁਸੀਂ ਕਾਲੇ ਨੂੰ ਬੈਡ ਕਿਉਂ ਸਮਝਦੇ ਹੋ ਤੁਸੀਂ ਵੀ ਉਹਦਾ ਰੰਗ ਕਾਲਾ? ਕੋਈ ਨਹੀਂ ਸਮਝਦਾ ਹੈਗਾ, ਜਿਹੜਾ ਸਮਝਦਾ ਹੁੰਦਾ ਉਹੀ ਐਕਸਪਲੇਨ ਕਰਦਾ ਹੁੰਦਾ। ਨਹੀਂ ਹੁਣ ਮੈਂ, ਤੁਸੀਂ ਨਹੀਂ ਕੀਤਾ ਹੈਗਾ ਹਰੇ ਰੰਗ ਨਾ, ਮੈਂ ਤਾਂ ਹਰਾ ਰੰਗ ਐਕਸਪਲੇਨ ਕੀਤਾ। ਓਕੇ ਓਕੇ ਓਕੇ, ਮੈਂ ਖੇਡਣ ਚੱਲਿਆ ਨੇਰਾ ਹੋ ਯਾਰ, ਕਰਦੇ ਆਂਗੇ ਬਾਏ ਬਾਏ, ਲਵ ਯੂ। ਅੱਗੇ ਜੀ ਤੁਰ ਕੇ ਜਾਂਦੇ ਜਹਾਜ਼ ਤੇ ਵਾਪਸ, ਹੈ ਜਹਾਜ਼ ਤੇ ਵਾਪਸ। ਨਹੀਂ ਇਹ ਤਾਂ ਹੁਣ ਮੈਂ ਕੈਨੇਡਾ ਹੀ ਜਾਊਂਗਾ, ਹਟਦੇ ਨਹੀਂ। ਉਹ ਲੱਗ ਗਿਆ ਬਾਈ, ਕਹਿੰਦੇ ਲੇਟ, ਇਹ ਲੇਟ ਚੱਲਦਾ ਥੋੜਾ ਜਿਹਾ, ਬਾਕੀ ਜਿਹੜੇ ਰੇਡੀਓ ਸਟੇਸ਼ਨ ਨਾਲ ਲੇਟ ਵੜਦਾ ਉਹ। ਇਹ ਪਤਾ ਨਹੀਂ ਕਿਤੇ ਗਿਆ ਮੇਰੇ ਤੇ ਕਹਿੰਦੇ ਨਹੀਂ।